हाँ जी, तो हुण देखने के अगली कॉल जे कोई हैगी है तो हुण ते कॉलर वाल जाने हैं। हैलो हेलो हैलो हेलो जी, मेरा नाम जसवीर सिंह है जी। तो मैं पूछना चाहता सीगा कि थानू के भाई, थोड़ी थोड़ी मैनू आवाज नहीं सुन रही बिल्कुल। अच्छा जी, हाँ हुण बोल, थोड़ा मेरा जा ना उच्ची। जसवीर सिंह हैगा है। मैं पूछना चाहता सीगा कि मेरा ब्याह होया सीगा, जिदा 3 साल हो गए है, जिदा हाँ ਤਾਂ ਉਹ ਹੋਇਆ ਕਿ ਇਦਾਂ ਕਿ ਉਹ ਮਿਸਿਜ ਨੇ ਮੇਰੀ ਇੱਥੋਂ ਜਿੱਦਾਂ ਮੈਨੂੰ ਛੱਡ ਕੇ ਜਿੱਦਾਂ ਚਲੇ ਗਏ ਆ, ਕਿੱਦਾਂ? ਤਾਂ ਮੈਨੂੰ ਛੱਡ ਕੇ ਜਿੱਦਾਂ ਚਲੇ ਗਏ ਇੱਥੇ ਜਦੋਂ ਅੱਛਾ, ਆਏ। ਉਹਨਾਂ ਦਾ ਪਹਿਲਾਂ 2 ਸਾਲ ਦਾ ਵੀਜ਼ਾ ਲੱਗਾ ਸੀਗਾ, ਜਿੱਦਾਂ ਇੰਡੀਆ ਤੋਂ ਵਿਆਹ ਕਰਾ ਕੇ ਆਏ ਸੀ। ਇੰਡੀਆ ਤੋਂ ਵਿਆਹ ਕਰਾਇਆ ਸੀਗਾ, ਹਾਂ, ਤਾਂ ਫਿਰ ਇੱਥੇ ਆਏ ਸੀਗੇ। ਤਾਂ ਫਿਰ ਉਦੋਂ ਬਾਅਦ ਉਹਨਾਂ ਦਾ ਐਕਸਟੈਂਡ ਵੀਜ਼ਾ ਜਿੱਦਾਂ ਕਰਾਇਆ ਸੀਗਾ 2 ਸਾਲ ਦਾ, ਫਿਰ ਜਿੱਦਾਂ ਹਾਂ। ਤਾਂ ਉਹ ਲੱਗਣੇ ਤੋਂ ਬਾਅਦ ਉਸੇ ਵੇਲੇ ਜਿੱਦਾਂ ਥੋੜੀ ਦੇਰ ਬਾਅਦ ਤਾਂ ਉਹ ਚਲੇ ਗਏ ਸੀਗੇ ਨਹੀਂ, ਮੈਨੂੰ ਛੱਡ ਪੱਕੀ ਕੇ। ਪੱਕੀ ਹੋ ਗਈ ਸੀ ਜਾਂ ਨਹੀਂ? ਪੱਕੀ ਨਹੀਂ ਸੀ, ਉਹ ਐਕਸਟੈਂਡਡ ਵੀਜ਼ਾ ਅੱਛਾ ਕਰਾਇਆ ਠੀਕ ਹੈ, ਸੀਗਾ। 2 ਸਾਲ ਦਾ ਹੋਰ ਵਧਾਇਆ ਸੀ। ਹਾਂਜੀ ਹਾਂਜੀ ਹੈ। ਤਾਂ ਅੱਛਾ, ਫਿਰ ਉਹ ਚਲੇ ਗਏ ਸੀਗੇ। ਤਾਂ ਫਿਰ ਉਹਦੇ ਬਾਰੇ ਜਿੱਦਾਂ ਮਾੜੀ ਜਿਹੀ ਜਾਣਕਾਰੀ ਲੈਣੀ ਸੀਗੀ ਕਿ ਪੁੱਛਣਾ ਸੀਗਾ ਕਿ ਜਿੱਦਾਂ ਕਿ ਉਹ ਇੱਥੇ ਕਿੱਦਾਂ ਪੱਕੇ ਹੋ ਸਕਦੇ ਆ ਉਹਨੇ ਬਹੁਤ ਇੱਥੇ। ਮੁਸ਼ਕਿਲ ਆ ਜੀ ਪੱਕੇ ਹੋਣ ਲਈ। ਉਹ ਬੜੀ ਗਲਤੀ ਕਰ ਗਈ ਜੀ, ਉਹਨੂੰ ਪੱਕੀ ਹੋ ਕੇ ਨੱਠਣਾ ਚਾਹੀਦਾ ਸੀ। ਅੱਛਾ, ਉਹਦੇ ਹਾਂ, ਕੋਲ ਉਹ ਤਾਂ ਦੱਸ, ਹੁਣ ਨਿਆਣਾ ਵੀ ਸੋਚਿਆ ਹੋਣਾ ਹੈਗਾ ਕਿ ਹੈ ਮੈਂ ਪੱਕੀ ਮੇਰਾ। ਹੋ ਗਈ, ਉਹ ਤਾਂ ਨੱਠ ਗਈ। ਪਰ ਉਹਦੇ ਵਿੱਚ ਬੈਸਟ ਇਹ ਹੈ ਕਿ ਤੁਸੀਂ ਹੋਮ ਆਫਿਸ ਵਾਲਿਆਂ ਨੂੰ ਰਿਪੋਰਟ ਕਰ ਦਿਓ। ਹਾਂਜੀ, ਤੇ ਤੁਹਾਡੇ ਜੋ ਲੱਗ, ਤੁਸੀਂ ਰਹਿੰਦੇ ਕਿਹੜੇ ਇਲਾਕੇ 'ਚ? ਅਸੀਂ ਇੱਧਰ ਹੀ ਰਹਿੰਦੇ ਹਾਂ ਜੀ, ਆਹ ਬਰਮਿੰਘਮ ਮੱਲਾ ਜੀ। ਬਰਮਿੰਘਮ ਵਾਲਾ? ਫਿਰ ਸੋਲੀਹਾਲ ਦਫ਼ਤਰ ਹੈਗਾ ਇਮੀਗ੍ਰੇਸ਼ਨ ਵਾਲਿਆਂ ਦਾ, ਅੱਛਾ ਜੀ। ਉੱਥੇ ਜਾ ਕੇ ਵੀ ਰਿਪੋਰਟ ਕਰ ਦਿਓ। ਹਾਂਜੀ, ਸਟੇਸ਼ਨ ਦੇ ਕੋਲ ਹੀ ਆ, ਸਟੇਸ਼ਨ ਰੋਡ ਤੇ। ਉਹਨਾਂ ਨੂੰ ਫਿਰ ਕੀ ਜਿੱਦਾਂ ਕਹੀਏ ਕਿ ਉਹਨਾਂ ਨੂੰ ਕਿੱਦਾਂ। ਦੱਸੋ ਜੀ ਕਿ ਮੈਂ ਵਿਆਹ ਕਰਕੇ ਆਈ ਸੀ, ਵੀਜ਼ਾ ਵਧਾਇਆ ਸੀਗਾ। ਹਾਂਜੀ, ਆ ਉਹਦਾ ਨਾਂ ਆ, ਪਾਸਪੋਰਟ ਦੀ ਕਾਪੀ ਆ, ਜਾਇਰ ਜੋ ਵੀ ਇੱਥੇ ਰਹਿੰਦੀ ਸੀ, ਹਾਂਜੀ ਸਾਰੀ ਡਿਟੇਲ ਆ। ਇਹ ਹੁਣ ਚਲ ਗਈ, ਮੈਂ ਇਹਨੂੰ ਨਹੀਂ ਸਪੋਰਟ ਕਰਦਾ, ਮੈਂ ਅੱਛਾ। ਨਹੀਂ ਚਾਹੁੰਦਾ ਇਹ ਪੱਕੀ ਹੋਵੇ। ਪਰ ਹੁਣ ਜਿੱਦਾਂ ਉਹਨਾਂ ਨੇ ਮੈਨੂੰ ਇਸ ਵੇਲੇ ਜਿੱਦਾਂ ਕੋਰਟ 'ਚ ਵੀ ਲੈ ਕੇ ਗਏ ਉਹ ਆ ਕਿ ਜਿੱਦਾਂ ਮੈਨੂੰ ਉਹਨਾਂ ਨੇ ਇੱਕ ਐਸ ਨਾਮੇ ਤੇ ਚਾਰਜਸ ਲਾਏ ਆ ਕਿ ਮੈਨੂੰ ਇੱਕ ਕੋਟਲਾ ਮਾਰਦਾ ਸੀਗਾ ਬੰਦਾ ਭਾਜੀ। ਉਹ ਜਿੱਦਾਂ ਹੀ ਆ। ਉਹ ਇਹੀ ਹੁੰਦਾ, ਕਿਉਂਕਿ ਚਾਰਾ ਇਹੀ ਉਹਨਾਂ ਕੋਲ ਹੁੰਦਾ ਹਾਂਜੀ ਪੱਕੇ ਹੋਣ ਦਾ, ਕਿ ਉਹਨਾਂ ਨੂੰ ਸਾਬਤ ਕਰਨਾ ਪੈਂਦਾ ਕਿ ਤੁਸੀਂ ਕੁੱਟਿਆ ਮਾਰਿਆ। ਹੁਣ ਅੱਛਾ ਜੇ ਤਾਂ ਕੋਈ ਸਬੂਤ ਨਹੀਂ ਹੈਗਾ ਫਿਰ ਤਾਂ ਕੋਈ ਪ੍ਰੋਬਲਮ ਨਹੀਂ। ਫਿਰ ਅੱਛਾ ਤਾਂ ਉਹ ਐਵੇਂ ਜਿੱਦਾਂ ਕਹਿੰਦੇ ਨਾ ਕਿ ਹਨੇਰੇ 'ਚ ਲਾਠੀ ਮਾਰਨ ਦੇ ਹੀ ਹੋਆ। ਹਾਂਜੀ, ਅੱਛਾ। ਹਾਂ, ਜੇ ਤਾਂ ਹੁਣ ਕਿਉਂਕਿ ਕੋਈ, ਜੇ ਮੇਰੇ ਖਿਆਲ ਤੁਸੀਂ ਹੱਥੇ ਨਹੀਂ ਸਾਲ ਦਾ ਲਾਇਆ ਮੇਰੇ ਖਿਆਲ ਫਿਰ ਕੋਈ ਇਲਜ਼ਾਮ ਨਹੀਂ ਕੋਈ। ਅੱਛਾ, ਮੇਰੇ ਖਿਆਲ ਉਦਾਂ ਥੋੜੇ ਸਾਲ ਪਹਿਲਾਂ ਕਰ ਦਿੰਦੇ ਸੀਗੇ ਇਦਾਂ ਪੱਕਾ, ਪਰ ਮੈਨੂੰ ਹੁਣ ਨਵੇਂ ਕਾਨੂੰਨਾਂ ਦਾ ਇਸ ਵੇਲੇ ਪਤਾ ਨਹੀਂ ਹੈਗਾ ਜੀ। ਭਾਜੀ ਨਵੇਂ ਉਹ ਇਦਾਂ ਕਰਦੇ ਆ, ਜੇ ਤੁਸੀਂ ਸਾਬਤ ਕਰ ਸਕਦੇ ਕਿ ਤੁਹਾਡੇ ਨਾਲ ਮਾਰ ਘੁੱਟਿਆ, ਤੁਹਾਨੂੰ ਪੁਲਿਸ ਰਿਪੋਰਟ ਚਾਹੀਦੀ, ਡਾਕਟਰ ਦੀ ਰਿਪੋਰਟ ਚਾਹੀਦੀ ਆ, ਹਾਂਜੀ ਰਿਪੋਰਟ ਹਸਪਤਾਲ ਦੀ ਮੇਰੇ ਕੋਲ ਰਿਪੋਰਟ ਹੈਗੀ ਚਾਹੀਦੀ ਆ। ਹੈ ਨਹੀਂ ਤੁਹਾਡੀ ਆਪਸ ਵਿੱਚ ਜਿੱਦਾਂ ਹੋਈ ਤਾਂ ਨਹੀਂ ਹੱਥੋਂ ਪਾਈ? ਨਹੀਂ ਹੋਈ, ਮੇਰੇ ਕੋਲ ਪੁਲਿਸ ਦੀ ਰਿਪੋਰਟ ਹੈਗੀ, ਜਿੱਦਣ ਘਰ ਛੱਡ ਕੇ ਗਈ ਮੇਰੇ ਕੋਲ ਪੁਲਿਸ ਦੀ ਰਿਪੋਰਟ ਹੈਗੀ, ਉਹਨੇ ਬਸ ਪੁਲਿਸ ਫਿਰ ਵਾਲੇ ਗੱਲ ਹੀ ਨਾਮ ਭਾਜੀ ਦੱਸਿਆ। ਸੌਖਾ ਆ, ਫਿਰ ਤਾਂ ਕੰਮ ਸੌਖਾ ਆ। ਤੁਸੀਂ ਉਹ ਇਮੀਗ੍ਰੇਸ਼ਨ ਨੂੰ ਫੋਨ ਕਰ ਦਿਓ ਕਿ ਆ ਕਿ ਉਹਨਾਂ ਨੂੰ ਸਾਰੀ ਚਿੱਠੀ ਲਿਖ ਦਿਓ ਹਾਂਜੀ ਕਰੋਇਡਨ ਨੂੰ, ਇੱਕ ਸੋਲੀਹਾਲ ਨੂੰ, ਕਿ ਆ ਕਰਨ ਦੀ ਕੋਸ਼ਿਸ਼ ਕਰਦੀ ਹੈ ਇਹ, ਕਿ ਮੈਂ ਸਾਰਾ ਕਲੀਅਰ ਆ, ਮੈਨੂੰ ਹੱਥ ਉੱਥੋਂ ਨਹੀਂ ਲਾਇਆ ਕਿ ਤਾਂ ਕਰ ਰਹੀ ਹੈ ਪੱਕੀ ਹੋਣ ਲਈ, ਤਾਂ ਉਹ ਆਪੇ ਹੀ ਨਿਪਟੂਗੇ ਜੀ ਉਹਨਾਂ ਨਾਲ। ਤਾਂ ਉਦਾਂ ਉਹਦੇ ਕੋਲ ਨਿਆਣਾ ਵੀ ਹੈਗਾ ਜਿੱਦਾਂ, ਤਾਂ ਜਿੱਦਾਂ ਫਿਰ ਉਹਦੇ ਨਾਲ ਕੋਈ ਫਰਕ ਪੈ ਸਕਦਾ ਜਿੱਦਾਂ ਕਿ ਨਹੀਂ? ਡਿਪੈਂਡ ਕਰਦਾ ਕਿ ਨਿਆਣਾ ਬ੍ਰਿਟਿਸ਼ ਆ ਜਾਂ ਨਹੀਂ, ਤੇ ਨਿਆਣਾ 7 ਸਾਲਾਂ ਦਾ ਹਲੇ ਹੋਇਆ ਨਹੀਂ। ਨਹੀਂ, ਨਿਆਣਾ ਦਾ ਹਲੇ ਛੋਟਾ ਹੈ, 1 ਸਾਲ ਦਾ ਵੀ ਨਹੀਂ ਹਲੇ ਨਹੀਂ। ਉਹ ਹੋਇਆ ਜੀ। ਟਰਾਈ ਕਰ ਸਕਦੀ ਇੱਥੇ ਰਹਿਣ ਤੇ ਨਿਆਣੇ ਦੇ ਬੇਸ ਤੇ, ਪਰ ਹੋਮ ਆਫਿਸ ਵਾਲੇ ਆਮ ਤੌਰ ਤੇ ਇਹੀ ਕਹਿੰਦੇ ਹੁੰਦੇ ਕਿ ਨਿਆਣਾ ਛੋਟਾ ਆ ਹਲੇ, ਹਾਂਜੀ, ਕਿ ਇਹਨੂੰ ਇਹ ਇੰਡੀਆ ਜਾ ਕੇ ਵੀ ਪਲ ਸਕਦਾ, ਇਹਨੂੰ ਤਾਂ ਹੋਸ਼ ਹੀ ਨਹੀਂ ਕਿ ਕਿਹੜੇ ਮੁਲਕ 'ਚ ਆ। ਫਿਰ ਜਾਣੀ ਉਹਦੇ ਚਾਂਸਸ ਹੈਗੇ ਨਿਆਣੇ ਦੇ ਨਾਲ ਫੇਰ ਵੀ? ਜਿੱਦਾਂ ਟਰਾਈ ਕਰ ਸਕਦੀ ਆ ਪਰ ਚਾਂਸਸ ਪੂਰੇ ਨਹੀਂ। ਅੱਛਾ ਜੀ, ਹੋਰ। ਹਾਂ, ਇਹ ਤਾਂ ਜੱਜ ਤੇ ਆ, ਤਾਂ ਹੋਮ ਆਫਿਸ ਤੇ ਆ, ਤਾਂ ਹੋਮ ਆਫਿਸ ਵਾਲਿਆਂ ਕੋਲ ਬਾਹਲੀ ਇੰਨੀ ਹਮਦਰਦੀ ਨਹੀਂ ਹੁੰਦੀ। ਅੱਛਾ ਜੀ, ਹਾਂਜੀ, ਔਰ ਚਲੋ ਠੀਕ ਹੈ ਜੀ, ਇੰਨਾ ਪੁੱਛਣਾ ਸੀਗਾ ਯਾਰ। ਹਾਂ ਓਕੇ ਜੀ, ਠੀਕ ਹੈ, ਤੁਸੀਂ ਥੈਂਕ ਯੂ ਆਪਣੇ ਯਾਰ। ਵੱਲੋਂ ਰਿਪੋਰਟਾਂ ਕਰ ਦਿਓ, ਆਪਣਾ ਕਲੀਅਰ ਹੋ ਜਾਓ ਤੁਸੀਂ, ਬਾਕੀ ਇਹ ਜਾਣੇ ਹੋਮ ਆਫਿਸ ਵਾਲੇ ਜਾਣਨ। ਔਰ ਠੀਕ ਹੈ ਹਾਂ, ਇਹ ਨਾ ਹੋਵੇ ਕਿ ਤੁਸੀਂ ਨਾ ਕੁਝ ਦੱਸਿਆ ਹੋਵੇ ਹੋਮ ਆਫਿਸ ਨਹੀਂ, ਵਾਲਿਆਂ ਮੈਂ ਨੂੰ। ਆਪਣੇ ਵੱਲੋਂ ਤਾਂ ਜਿੱਦਾਂ ਮੈਂ ਕਰੀ ਜਾਂਦਾ ਆ। ਹਾਂ, ਤੂੰ ਸੋਲੀ ਹਾਲ ਇੱਕ ਵਾਰੀ ਤੁਸੀਂ ਦੱਸ ਦਿਓ, ਤਾਂ ਕਰੋਇਡਨ ਨੂੰ ਦੱਸ ਦਿਓ ਲਿਖਤੀ ਵਿੱਚ। ਹਾਂਜੀ ਹਾਂਜੀ ਹਾਂਜੀ, ਬਸ ਫਿਰ ਮੈਂ ਤੁਹਾਡੇ ਵੱਲੋਂ ਵੱਲੋਂ ਜਿੱਦਾਂ ਜਿੰਨਾ ਹੁੰਦਾ ਮੈਂ ਆਪਣਾ ਕਰ ਦਿੰਦਾ ਆ, ਪਰ ਜਿੱਦਾਂ ਹੁਣ ਜਿੱਦਾਂ ਮੇਰੇ ਕੋਲ ਪੁਲਿਸ ਵਾਲਿਆਂ ਦੀ ਸਟੇਟਮੈਂਟ ਹੈਗੀ ਹੈ ਜੇ ਦੂਜੀ ਉਹ ਮੈਂ ਹਾਂ ਬਿਲਕੁਲ ਉਹ ਸਾਰਾ ਕਰ ਦਿਓ ਜੀ ਹੋਮ ਆਫਿਸ ਵਾਲਿਆਂ ਨੂੰ। ਹਾਂਜੀ, ਉਹਨਾਂ ਨੇ ਫਿਰ ਵਰਤਣਾ ਇਹਦੇ ਖਿਲਾਫ ਕੇਸ ਵਿੱਚ। ਔਰ ਠੀਕ ਹੈ, ਹੋਰ ਕੁਝ ਮੈਂ ਕਰ ਸਕਦਾ ਜਿੱਦਾਂ ਜੇ ਇਹਨਾਂ ਨੂੰ ਜਿੱਦਾਂ ਕਰਨਾ ਹੋਵੇ, ਕਿਉਂਕਿ ਮੈਨੂੰ ਇੱਕ ਕਿਸਮ ਦਾ ਪੂਰਾ ਧੋਖਾ ਮਿਲਿਆ ਉੱਧਰ ਦੂਜੇ ਪਾਸੇ? ਨਹੀਂ ਭਾਜੀ, ਹੋਰ ਤਾਂ ਨਹੀਂ ਕੁਝ ਕਰ ਸਕਦੇ ਤੁਸੀਂ, ਇੰਨਾ ਹੀ ਕਰ ਸਕਦੇ, ਬਾਕੀ ਹੋਮ ਆਫਿਸ ਵਾਲੇ ਕਰੂਗੇ ਜੋ ਕਰਨਾ ਹੈ। ਉਦਾਂ ਚਾਂਸਸ ਜ਼ਿਆਦਾ ਉਹਦੇ ਹੈਗੇ ਆ ਫਿਰ ਜਿੱਦਾਂ ਜਾਣੇ? ਚਾਂਸਸ ਨਿਆਣੇ ਦੇ ਬੇਸ ਤੇ ਟਰਾਈ ਕਰ ਸਕਦੇ ਆ, ਕੋਈ ਹੁਣ ਇਹ ਤਾਂ ਲਿਖ ਨਹੀਂ ਸਕਦਾ ਕਿ ਤੁਹਾਨੂੰ ਇੰਨੇ ਚਾਂਸ ਆ ਜਾਂ ਬੀਏ ਦੇ ਪੇਪਰ ਆ ਕਿ 60% ਚਾਹੀਦੇ ਪਾਸ ਹੋਣ ਨੂੰ, ਇਹ ਤਾਂ ਹੋਮ ਆਫਿਸ ਤੇ ਡਿਪੈਂਡ ਆ।
ਤੇ ਬਾਅਦ ਚ ਦੇਖ ਰਹੇ ਕਿ ਤੁਹਾਡੇ ਤੋਂ ਹੋਮ ਆਫਿਸ ਵਿੱਚੋਂ ਕੌਣ ਕੌਣ ਜਿੱਤਦਾ।